ਸਵਾਗਤ ਹੈ ਦੋਸਤੋ ਤੁਹਾਡਾ ਸਭ ਦਾ ਆਪਣੇ ਚੈਨਲ ਜੀ ਐਸ ਅਪਡੇਟਸ 'ਤੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ। ਸੋ ਲੈ ਕੇ ਆ ਚੁੱਕੇ ਹਾਂ ਤੁਹਾਡੇ ਸਭ ਦੇ ਲਈ ਜਮਾਤ 9ਵੀਂ ਸਬਜੈਕਟ ਗਣਿਤ। ਸੋ ਪੂਰੀ ਜਾਣਕਾਰੀ ਸਲਿਊਸ਼ਨ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਦਿੱਤੀ ਜਾਵੇਗੀ। ਇਸ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ ਅਤੇ ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦੇ ਘੰਟੀ ਬਟਨ ਨੂੰ ਜ਼ਰੂਰ ਦਬਾ ਲਵੋ। ਇਸੇ ਤਰ੍ਹਾਂ ਹੋਰ ਵੀਡੀਓ ਸਭ ਤੋਂ ਪਹਿਲਾਂ ਅਤੇ ਸਮੇਂ ਸਿਰ ਦੇਖਣ ਦੇ ਲਈ। ਸੋ ਜ਼ਿਆਦਾ ਸਮਾਂ ਵੇਸਟ ਨਾ ਕਰਦੇ ਹੋਏ ਚਲੋ ਆਪਾਂ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਸੋ ਕੁੱਲ 80 ਅੰਕ ਤੁਹਾਨੂੰ ਪੇਪਰ ਹੋਵੇਗਾ, ਸਮਾਂ 3 ਘੰਟੇ ਦਿੱਤਾ ਜਾਵੇਗਾ। ਭਾਗ ਗੁੜੇ ਤੋਂ ਸਟਾਰਟ ਕਰਦੇ ਹਾਂ ਜੋ ਕਿ 16 ਪ੍ਰਸ਼ਨ ਪੁੱਛੇ ਜਾਣਗੇ, ਹਰੇਕ ਪ੍ਰਸ਼ਨ 1-1 ਅੰਕ ਦਾ ਹੈ। ਕੁਸ਼ਚਨ ਫਸਟ, 0 ਅਤੇ 1 ਦੇ ਵਿਚਕਾਰ ਡੈਸ਼ ਸੰਪੂਰਨ ਸੰਖਿਆਵਾਂ ਹਨ। ਸੋ ਉੱਤਰ ਹੈ ਆਪਸ਼ਨ ਬੀ 0। ਨੈਕਸਟ, 22/7 ਦਾ ਦਸ਼ਮਲਵ ਵਿਸਤਾਰ ਕਿਸ ਤਰ੍ਹਾਂ ਦਾ ਹੋਵੇਗਾ? ਸੋ ਉੱਤਰ ਹੈ ਆਪਸ਼ਨ ਆੜਾ, ਅਸ਼ਾਂਤ ਆਵਰਤੀ। ਨੈਕਸਟ, ਬਹੁਪਦ ਪੀ ਐਕਸ ਇਕੁਅਲ ਐਕਸ ਕਿਊਬ ਹੋਵੇ ਤਾਂ ਪੀ 1/3 ਇਕੁਅਲ ਟੂ? ਸੋ ਉੱਤਰ ਹੈ ਆਪਸ਼ਨ ਆੜਾ, 1/27। ਨੈਕਸਟ, -2y² - 5 ਵਿੱਚ ਕੀ ਜੋੜਿਆ ਜਾਵੇ ਕਿ -5 ਪ੍ਰਾਪਤ ਹੋਵੇ? ਸੋ ਉੱਤਰ ਹੈ 2y². ਨੈਕਸਟ, 2 ਸਮਾਂਤਰ ਰੇਖਾਵਾਂ ਅਤੇ ਕਾਟਵੀਂ ਰੇਖਾ ਨਾਲ ਬਣੇ ਇੱਕੋ ਪਾਸੇ ਦੇ ਅੰਦਰਲੇ ਕੋਣਾਂ ਦਾ ਜੋੜ ਹੁੰਦਾ ਹੈ? ਸੋ ਉੱਤਰ ਹੈ ਆਪਸ਼ਨ ਬੀ 180°। ਛੇਵਾਂ, ਹੇਠ ਲਿਖੇ ਵਿੱਚੋਂ ਕਿਹੜਾ ਤ੍ਰਿਭੁਜਾਵਾਂ ਦੀ ਸਰਵਭੁਜਮਤਾ ਦਾ ਨਿਯਮ ਹੈ? ਸੋ ਛੇਵੇਂ ਪ੍ਰਸ਼ਨ ਦਾ ਉੱਤਰ ਹੈ ਆਪਸ਼ਨ ਏ, SAS। ਨੈਕਸਟ, 7ਵਾਂ, ਇੱਕ ਤਿਕੋਣਕਾਰ ਪਾਰਕ ਦੀਆਂ ਭੁਜਾਵਾਂ 11 ਮੀਟਰ, 15 ਮੀਟਰ ਅਤੇ 14 ਮੀਟਰ ਹਨ, ਇਸਦਾ ਐਸ ਪਤਾ ਕਰੋ। ਸੋ ਆਪਸ਼ਨ, ਪ੍ਰਸ਼ਨ 7ਵੇਂ ਦਾ ਉੱਤਰ ਹੈ ਆਪਸ਼ਨ ਬੀ 20 ਮੀਟਰ। ਨੈਕਸਟ, ਇਫ ਪੀ ਈ ਇਕੁਅਲ 0.25 ਦੈਨ ਪੀ ਨੋਟ ਈ, ਜੇ ਪੀ ਈ ਇਕੁਅਲ 0.25 ਤਾਂ ਪੀ ਈ ਨਹੀਂ ਦਾ ਮੁੱਲ ਹੋਵੇਗਾ? ਸੋ ਉੱਤਰ ਹੈ ਆਪਸ਼ਨ ਸੀ 0। 9ਵਾਂ, ਚਿੱਤਰ ਵਿੱਚ ਦਿਖਾਏ ਐਂਗਲ ਏ ਅਤੇ ਐਂਗਲ ਬੀ ਦਾ ਆਪਸੀ ਸੰਬੰਧ ਕੀ ਹੈ? ਸੋ 9ਵੇਂ ਦਾ ਉੱਤਰ ਹੈ ਆਪਸ਼ਨ ਏ, ਪੂਰਕ ਕੋਣ। 10ਵਾਂ, ਦਿੱਤੇ ਤ੍ਰਿਭੁਜ ਦੀਆਂ ਭੁਜਾਵਾਂ ਨੂੰ ਵਧਦੇ ਕ੍ਰਮ ਵਿੱਚ ਲਿਖੋ। ਸੋ ਪ੍ਰਸ਼ਨ 10ਵੇਂ ਦਾ ਉੱਤਰ ਹੈ ਆਪਸ਼ਨ ਬੀ, ਏ ਪੀ ਡੀ। ਨੈਕਸਟ, ਦਿੱਤੇ ਗਏ ਚਿੱਤਰ ਵਿੱਚ ਐਂਗਲ 4 = ਉੱਤਰ ਹੈ ਆਪਸ਼ਨ ਸੀ, ਐਂਗਲ 1 + ਐਂਗਲ 2। 12ਵਾਂ, ਕਿਸੇ ਘਟਨਾ ਦੇ ਸਾਰੇ ਪਰਿਣਾਮਾਂ ਦੀ ਸੰਭਾਵਨਾ ਦਾ ਜੋੜ ਕਿੰਨਾ ਹੁੰਦਾ ਹੈ? ਸੋ 12ਵੇਂ ਦਾ ਉੱਤਰ ਹੈ ਆਪਸ਼ਨ ਡੀ, 1। ਨੈਕਸਟ, ਸਤਾ ਦੇ ਕਿਨਾਰੇ ਡੈਸ਼ ਹੁੰਦੀਆਂ ਹਨ? ਸੋ 13ਵੇਂ ਦਾ ਉੱਤਰ ਹੈ ਆਪਸ਼ਨ ਸੀ, ਰੇਖਾਵਾਂ। ਅਤੇ ਨੈਕਸਟ ਹੈਗਾ, ਜੇ ਪੀ ਈ ਇਕੁਅਲ 0.25 ਤਾਂ ਪੀ ਈ ਨਹੀਂ ਇਕੁਅਲ? ਸੋ ਉੱਤਰ ਹੈ ਆਪਸ਼ਨ ਡੀ, 0.75। 15ਵਾਂ, ਇੱਕ ਕ੍ਰਿਕਟ ਮੈਚ ਵਿੱਚ ਇੱਕ ਮਹਿਲਾ ਬੱਲੇਬਾਜ਼ ਖੇਡਦੀਆਂ
ਗਈਆਂ 30 ਗੇਂਦਾਂ ਵਿੱਚੋਂ 6 ਵਾਰ ਚੌਕਾ ਮਾਰਦੀ ਹੈ। ਚੌਕਾ ਨਾ ਮਾਰੇ ਜਾਣ ਦੀ ਸੰਭਾਵਨਾ ਪਤਾ ਕਰੋ। ਸੋ ਪ੍ਰਸ਼ਨ 15 ਦਾ ਉੱਤਰ ਹੈ ਆਪਸ਼ਨ ਬੀ 4/5। 16 ਰਾਮ ਅਤੇ ਸ਼ਾਮ ਮੈਚ ਤੋਂ ਪਹਿਲਾਂ ਟਾਸ ਲਈ 1 ਸਿੱਕਾ ਉਛਾਲਦੇ ਹਨ, ਰਾਮ ਦੇ ਟਾਸ ਜਿੱਤਣ ਦੀ ਸੰਭਾਵਨਾ ਕਿੰਨੀ ਹੈ? ਸੋ ਉੱਤਰ ਹੈ ਆਪਸ਼ਨ ਬੀ 1/2। ਫਿਰ ਨੇ ਆਪਣੇ ਕੋਲ ਸਹੀ ਗਲਤ ਵਾਲੇ ਪ੍ਰਸ਼ਨ। ਸੋ ਪਹਿਲਾ ਹੈ, ਹਰੇਕ ਅਪਰੀਮੀਯ ਸੰਖਿਆ ਇੱਕ ਵਾਸਤਵਿਕ ਸੰਖਿਆ ਹੈ। ਸੋ ਉੱਤਰ ਹੈ ਸਹੀ। ਨੈਕਸਟ, ਅੰਡਰ ਰੂਟ 0.9 ਇੱਕ ਅਪਰੀਮੀਯ ਸੰਖਿਆ ਹੈ। ਸੋ ਉੱਤਰ ਹੈ ਸਹੀ। ਫਿਰ ਐਕਸ ਸਕੇਅਰ ਪਲੱਸ ਅੰਡਰ ਰੂਟ ਐਕਸ ਪਲੱਸ 2 ਇੱਕ 3 ਪਦੀ ਬਹੁਪਦ ਹੈ। ਸੋ ਉੱਤਰ ਹੈ ਗਲਤ। ਚੌਥਾ, ਐਕਸ ਕਿਊਬ ਮਾਈਨਸ ਵਾਈ ਕਿਊਬ ਦੇ ਗੁਣਖੰਡ ਐਕਸ ਮਾਈਨਸ ਵਾਈ, ਐਕਸ ਸਕੇਅਰ ਪਲੱਸ ਵਾਈ ਸਕੇਅਰ ਮਾਈਨਸ ਐਕਸ ਵਾਈ ਹਨ। ਸੋ ਉੱਤਰ ਹੈ ਗਲਤ। ਪੰਜਵਾਂ, ਹੀਰੋ ਸੂਤਰ ਅਨੁਸਾਰ ਤ੍ਰਿਭੁਜ ਦਾ ਖੇਤਰਫਲ ਅੰਡਰ ਰੂਟ ਐਸ ਐਸ ਮਾਈਨਸ ਏ ਐਸ ਮਾਈਨਸ ਬੀ ਐਸ ਮਾਈਨਸ ਸੀ ਹੈ। ਸੋ ਉੱਤਰ ਹੈ ਸਹੀ। ਨੈਕਸਟ, ਕਿਸੇ ਸਿੱਕੇ ਨੂੰ ਉਛਾਲਣ ਅਤੇ ਚਿੱਤ ਆਉਣ ਦੀ ਸੰਭਾਵਨਾ 1/2 ਹੁੰਦੀ ਹੈ। ਸੋ ਉੱਤਰ ਹੈ ਸਹੀ। ਸੱਤਵਾਂ, ਇੱਕ ਬਿੰਦੂ ਤੋਂ ਹੋ ਕੇ ਸਿਰਫ ਇੱਕ ਹੀ ਰੇਖਾ ਖਿੱਚੀ ਜਾ ਸਕਦੀ ਹੈ। ਸੋ ਉੱਤਰ ਹੈ ਗਲਤ। ਫਿਰ ਪੂਰਨ ਆਪਣੇ ਭਾਗ ਤੋਂ ਵੱਡਾ ਹੁੰਦਾ ਹੈ। ਉੱਤਰ ਹੈ ਸਹੀ। ਸੋ ਇਸ ਸਹੀ ਗਲਤ ਵਾਲੇ ਪ੍ਰਸ਼ਨਾਂ ਦੇ ਉੱਤਰ। ਸੋ ਨੈਕਸਟ ਆਪਾਂ ਪ੍ਰਸ਼ਨ ਵੱਲ ਵਧਦੇ ਹਾਂ, ਖਾਲੀ ਥਾਵਾਂ ਅਤੇ ਨਾਲ ਹੀ ਮੈਂ ਦੱਸ ਦੇਵਾਂ, ਜੋ ਮੈਂ ਤੁਹਾਨੂੰ ਕੁਸ਼ਚਨ ਦਿਖਾ ਰਿਹਾ ਹਾਂ ਸਾਰੇ ਹੀ ਪ੍ਰਸ਼ਨ ਬੇਹੱਦ ਜ਼ਰੂਰੀ ਹਨ। ਇਹਨਾਂ ਪ੍ਰਸ਼ਨਾਂ ਵਿੱਚੋਂ ਕਈ ਪ੍ਰਸ਼ਨ ਤੁਹਾਨੂੰ ਐਗਜ਼ਾਮ ਦੇ ਵਿੱਚ ਜ਼ਰੂਰ ਪੁੱਛੇ ਜਾ ਸਕਦੇ ਹਨ। ਸੋ ਸਾਰੇ ਕੁਸ਼ਚਨ ਨੂੰ ਧਿਆਨ ਨਾਲ ਜ਼ਰੂਰ ਦੇਖਣਾ ਅਤੇ ਨਾਲ ਹੀ ਇਸ ਤਰ੍ਹਾਂ ਤੁਹਾਨੂੰ ਹੋਰ ਬਾਕੀ ਸਾਰੇ ਵਿਸ਼ਿਆਂ ਦੀ ਵੀ ਫੁੱਲੀ ਸੋਲਵਡ ਵੀਡੀਓਜ਼ ਇਸ ਚੈਨਲ ਉੱਪਰ ਮਿਲ ਰਹੀਆਂ ਹਨ। ਸੋ ਚੈਨਲ ਨੂੰ ਜਲਦੀ ਜਲਦੀ ਸਬਸਕ੍ਰਾਈਬ ਜ਼ਰੂਰ ਕਰ ਲਵੋ ਅਤੇ ਇਸ ਦੀ ਪੀਡੀਐਫ ਤੁਹਾਨੂੰ ਮੇਰੇ ਟੈਲੀਗ੍ਰਾਮ ਚੈਨਲ GS ਅਪਡੇਟਸ PSCB ਤੋਂ ਮਿਲ ਜਾਵੇਗੀ। ਸੋ ਮੇਰੇ ਟੈਲੀਗ੍ਰਾਮ ਚੈਨਲ ਵੀ ਤੁਸੀਂ ਜ਼ਰੂਰ ਜੁਆਇਨ ਕਰ ਲੈਣਾ ਹੈ। ਤੀਸਰਾ ਪ੍ਰਸ਼ਨ, 6/25 ਦਾ ਦਸਮਲਵ ਰੂਪ ਹੈ। ਸੋ ਉੱਤਰ ਹੈ 0.24। ਨੈਕਸਟ, 8/15 ਡਿਵਾਈਡ 2/3 ਇਕੁਅਲ ਟੂ, ਉੱਤਰ ਹੈ 4/5। ਏ ਮਾਈਨਸ ਬੀ ਕਿਊਬ ਇਕੁਅਲ ਏ ਕਿਊਬ ਮਾਈਨਸ ਡੈਸ਼ ਪਲੱਸ 3AB ਸਕੇਅਰ ਮਾਈਨਸ ਬੀ ਕਿਊਬ। ਸੋ ਉੱਤਰ ਹੈ 3A ਸਕੇਅਰ ਬੀ। ਪੰਜਵਾਂ, 5 ਇੱਕ ਡੈਸ਼ ਬਹੁਪਦ ਹੈ। ਸੋ ਉੱਤਰ ਹੈ ਅਚਲ। ਨੈਕਸਟ, ਇੱਕ ਬਿੰਦੂ ਦੇ ਦੁਆਲੇ ਬਣੇ ਕੋਣਾਂ ਦਾ ਜੋੜ ਡੈਸ਼ ਹੁੰਦਾ ਹੈ। ਸੋ ਉੱਤਰ ਹੈ 360 ਡਿਗਰੀ। ਨੈਕਸਟ, ਜੇਕਰ ਟਰੈਂਗਲ ABC ਕੋਨਗਰੇਂਟ ਟੂ ਟਰੈਂਗਲ PRQ ਤਾਂ AB ਇਕੁਅਲ ਟੂ, ਉੱਤਰ ਹੈ PR। ਕਿਸੇ ਤ੍ਰਿਭੁਜ ਵਿੱਚ ਕਿਸੇ ਦੋ ਭੁਜਾਵਾਂ ਦਾ ਜੋੜ ਤੀਸਰੀ ਭੁਜਾ ਤੋਂ ਡੈਸ਼ ਹੁੰਦਾ ਹੈ। ਸੋ ਉੱਤਰ ਹੈ ਵੱਡਾ। ਨੈਕਸਟ, ਦੋ ਵੱਖ ਵੱਖ ਰੇਖਾਵਾਂ ਵਿੱਚ ਡੈਸ਼ ਤੋਂ ਵੱਧ ਬਿੰਦੂ ਸਾਂਝੇ ਨਹੀਂ ਹੋ ਸਕਦੇ। ਸੋ ਉੱਤਰ ਹੈ 1। ਫਿਰ ਆ ਜਾਂਦਾ ਹੈ ਆਪਣੇ ਕੋਲ ਪ੍ਰਸ਼ਨ ਆੜਾ। ਸੋ ਹੁਣ
ਇਹਨਾਂ ਪ੍ਰਸ਼ਨ ਦੇ ਉੱਤਰ ਮੈਂ ਤੁਹਾਨੂੰ ਸੋਲਵ ਕੀਤੇ ਹੋਏ ਦਿਖਾ ਦੇਣਾ। ਪਹਿਲਾਂ ਤੁਸੀਂ ਇਹਨਾਂ ਸਾਰੇ ਕੁਐਸਚਨ ਨੂੰ ਚਾਹੇ ਤਾਂ ਨੋਟ ਵੀ ਕਰ ਸਕਦੇ ਹੋ। ਸਾਰੇ ਹੀ ਪ੍ਰਸ਼ਨ ਬੇਹੱਦ ਜ਼ਰੂਰੀ ਹਨ ਅਤੇ ਐਗਜ਼ਾਮ ਦੇ ਵਿੱਚ ਪੁੱਛੇ ਜਾਣ ਦੀ ਪੂਰੀ ਪੂਰੀ ਸੰਭਾਵਨਾ ਹੈ। ਫਿਰ ਆਪਣੇ ਕੋਲ ਭਾਗ ਈੜੀ ਜੋ ਕਿ ਕੁੱਲ 32 ਅੰਕ ਦਾ ਹੋਵੇਗਾ। ਇਹਨਾਂ ਸਭ ਦੇ ਸਲਿਊਸ਼ਨ ਮੈਂ ਤੁਹਾਨੂੰ ਹੁਣ ਦਿਖਾ ਦੇਣਾ ਹਾਂ, ਤਾਂ ਤੁਸੀਂ ਪਹਿਲਾਂ ਕੁਐਸਚਨਸ ਨੂੰ ਨੋਟ ਕਰ ਸਕਦੇ ਹੋ। ਸੋ ਇਹਨੇ ਆਪਣੇ MCQ ਟਾਈਪ ਪ੍ਰਸ਼ਨਾਂ ਦੇ ਉੱਤਰ, ਜੇਕਰ ਕਿਸੇ ਨੇ ਨੋਟ ਨਹੀਂ ਕੀਤੇ ਹਨ ਉਹ ਵੀ ਕਰ ਸਕਦੇ ਹਨ। ਇਹ ਸਹੀ ਗਲਤ ਦੇ ਉੱਤਰ ਅਤੇ ਖਾਲੀ ਥਾਵਾਂ ਦੇ ਉੱਤਰ। ਅਤੇ ਹੁਣ ਆਪਾਂ ਚੌਥੇ ਤੋਂ ਸ਼ੁਰੂ ਕਰਦੇ ਹਾਂ। ਸੋ ਹੁਣ ਤੁਸੀਂ ਨਾਲ ਨਾਲ ਆਂਸਰ ਦੇਖ ਸਕਦੇ ਹੋ। ਮੈਂ ਤੁਹਾਨੂੰ ਸਾਰੇ ਆਂਸਰਸ ਸਕਰੋਲ ਕਰਕੇ ਦਿਖਾ ਰਿਹਾ ਹਾਂ, ਸਾਰੇ ਹੀ ਆਂਸਰ ਨੋਟ ਵੀ ਕਰ ਸਕਦੇ ਹੋ। ਸੋ ਸਾਰੇ ਆਂਸਰ ਦੇਖ ਸਕਦੇ ਹੋ, ਬੇਹੱਦ ਹੀ ਜ਼ਰੂਰੀ ਹਨ। ਅਤੇ ਜੇਕਰ ਤੁਹਾਨੂੰ ਕਿਸੇ ਪ੍ਰਸ਼ਨ ਦਾ ਉੱਤਰ ਗਲਤ ਲੱਗਦਾ ਹੈ ਤਾਂ ਤੁਸੀਂ ਕਮੈਂਟ ਕਰਕੇ ਉਸਦਾ ਸਹੀ ਉੱਤਰ ਕਮੈਂਟ ਕਰ ਸਕਦੇ ਹੋ। ਸੋ ਇਹ ਤੁਹਾਡਾ ਦੂਸਰਾ ਪ੍ਰਸ਼ਨ। ਇਹਨਾਂ ਸਭ ਦੀ PDF ਤੁਹਾਨੂੰ ਮੇਰੇ ਟੈਲੀਗ੍ਰਾਮ ਚੈਨਲ GS ਅਪਡੇਟਸ PSCB 'ਤੇ ਮਿਲ ਜਾਵੇਗੀ। ਸੋ ਤੁਸੀਂ ਟੈਲੀਗ੍ਰਾਮ ਚੈਨਲ ਨੂੰ ਜ਼ਰੂਰ ਜੁਆਇਨ ਕਰ ਲੈਣਾ, ਕਿਉਂਕਿ ਉਸ ਉੱਪਰ ਜੋ ਵੀ ਲੇਟੈਸਟ ਅਪਡੇਟ ਆਉਂਦੀ ਹੈ ਉਹ ਵੀ ਮੈਂ ਸਭ ਤੋਂ ਪਹਿਲਾਂ ਅਪਲੋਡ ਕਰ ਦਿੰਦਾ ਹਾਂ। ਸੋ ਟੈਲੀਗ੍ਰਾਮ ਚੈਨਲ ਨੂੰ ਤੁਸੀਂ ਲਾਜ਼ਮੀ ਤੌਰ 'ਤੇ ਜੁਆਇਨ ਕਰ ਲੈਣਾ ਹੈ। GS ਅਪਡੇਟਸ PSCB ਨਾਮ 'ਤੇ ਟੈਲੀਗ੍ਰਾਮ ਦਾ ਚੈਨਲ ਹੈ, ਅਤੇ ਬਾਕੀ ਜੋ ਸਬਜੈਕਟਸ ਨੇ ਉਹਨਾਂ ਦੀਆਂ ਵੀ ਜੋ ਫੁੱਲੀ ਸੋਲਵ PDFs ਨੇ ਉਹ ਵੀ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਚੈਨਲ GS ਅਪਡੇਟਸ ਹੀ ਮਿਲਣਗੀਆਂ। ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ, ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਵੋ ਤਾਂ ਜੋ ਹੋਰ ਵਿਦਿਆਰਥੀਆਂ ਨੂੰ ਵੀ ਇਸਦੇ ਬਾਰੇ ਜਾਣਕਾਰੀ ਮਿਲ ਸਕੇ। ਸਾਰੇ ਆਂਸਰ ਤੁਸੀਂ ਦੇਖ ਸਕਦੇ ਹੋ। ਜੇਕਰ ਤੁਹਾਡਾ ਕੋਈ ਸਵਾਲ ਹੋਵੇ ਉਹ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ, ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਜ਼ਰੂਰ ਦਿੱਤੇ ਜਾਣਗੇ। ਤੁਸੀਂ ਬਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਵੋ ਤਾਂ ਕਿ ਮੋਟੀਵੇਸ਼ਨ ਮਿਲੇ, ਅਤੇ ਇਸੇ ਤਰ੍ਹਾਂ ਮੈਂ ਤੁਹਾਡੇ ਲਈ ਫੁੱਲੀ ਸੋਲਵ ਸੈਂਪਲ ਪੇਪਰ ਸਭ ਤੋਂ ਪਹਿਲਾਂ ਲੈ ਕੇ ਆਉਣ ਦੀ ਕੋਸ਼ਿਸ਼ ਕਰਾਂ। ਸੋ ਚੈਨਲ ਨੂੰ ਸਬਸਕ੍ਰਾਈਬ ਜਲਦੀ ਜਲਦੀ ਜ਼ਰੂਰ ਕਰ ਦਵੋ। ਸੋ ਇਹ ਸੀ ਪੂਰਾ ਸੈਂਪਲ ਪੇਪਰ ਫੁੱਲੀ ਸੋਲਵਡ ਕਲਾਸ 9th ਮੈਥ ਦਾ। ਸੋ ਉਮੀਦ ਕਰਾਂ ਪੂਰੀ ਜਾਣਕਾਰੀ ਮਿਲ ਚੁੱਕੀ ਹੋਵੇਗੀ। ਇਸੇ ਤਰ੍ਹਾਂ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ। ਮਿਲਦੇ ਹਾਂ ਨੈਕਸਟ ਵੀਕ ਤੱਕ ਲਈ। ਬਾਏ ਬਾਏ, ਟਾਟਾ, ਧੰਨਵਾਦ।